हेलो जी, सत श्री अकाल, कीवें हो जी तुसीं सारे? आई होप तुसीं सारे ठीक होवोंगे जी। मैं भी ठीक हाँ जी। होर सुनाओ जी, घर परिवार सब वधिया है? ते इत्थे लगे आपां धार चोण। मैं जाके आई हाँ, घूम के आई हाँ जी। गई हुई सी खन्ने बाजार च शॉपिंग करन, एक दो सर्दी वाले सूट लैके आई हाँ, तो जूबी का थोड़ा जिहा बूट बट सीगे इहनू घर पाउण नू, उह लिया के दित्ते ने। ते उह पक्की गल लग जिम्मी। होर मैं लगी सी मम्मी ने धार चवाउण, मैं कहा चलो धार चवाना। बैठी भी सी चोली जी, एक भैन मेरी पुछदी सी गल जूबी, कहती दी थोड़ी धार चोनी आउंदी है? चो लैनी है जरूर, पर दुध थोड़ा निकलता, किलो के दुध कढ़ के फिर मेरे आ हथ दुखड़ आ जाते हैं, क्योंकि जे तो देखो चौंदे रहो फिर तो अपनी बन जाती आदत, नहीं नहीं बनती है। तो हम आ मैं खोलनी है जिम्मी, इन छड़ा मज थले मज कह खाए जाए मजी ने लोग खोल रही है भैने। दादी दाल मेरी सवेरे मूंगी मसरी दी बना के गई सी जी मैं। अपना दाल सब्जी हूँ कुछ नहीं बनानी, बस आटा उटा गुंदियां किचन च जाके लग दी अपने काम। चलो हूँ चवा दी धार तो खा लीए जिन्नी फड़ी होगी बस। तोड़ के रख दे सवेरे सवेरे ना, घर ठंडे हो जाते त्योल पई हुई है पानी जे दी। फिर मैं सवेरे सवेरे होर भी काम भी थोड़ा पता, झाड़ू पोचा बहुत काम हो जाते। मैं हमने चलो मैं तोड़ के रख लिया कोल भी, ये मौज आ जाती जब आप कोल ऐसी चीज़ हूँ मैंने नहीं तो मंगानी पैंती है खेत चो, डैडी जी कहूँगी तो लैके आऊँगी इतों कोल फिर एक हो जाए। कल आया संडे ही है, यू भी छुट्टी है,
ਗੁਰਦੀਪ ਨੂੰ ਪੁੱਛ ਲੂੰਗੀ ਜੇ ਤਾਂ ਉਹਨਾਂ ਨੇ ਲੈ ਕੇ ਜਾਣਾ ਹੁਣ ਕਿਉਂਕਿ ਉਹ ਪਰੌਂਠਾ ਘੱਟ ਲਿਜਾ ਕੇ ਖੁਸ਼ ਨਹੀਂ ਕਹਿੰਦੇ ਠੰਡਾ ਹੋ ਜਾਂਦਾ ਪਰ ਮੇਥੇ ਵਾਲੇ ਤਾਂ ਪਰ ਲੈ ਜਾਣ ਆਲੂ ਵਾਲਾ ਹੀ ਪਾਣੀ ਜੇ ਛੱਡ ਦਿੰਦਾ ਜੀ ਵੀ ਇਹ ਤਾਂ ਠੀਕ ਰਹਿ ਆਲੂ ਆਲੂ ਵਾਲੇ ਬਣਾ ਲਓ ਨਾਲ ਤਾਂ ਮੇਥੇ ਦਾ ਕਹਤਾ ਮੇਥੇ ਵਾਲਾ ਮੈਨੂੰ ਆਲੂ ਬਣਾ ਦਿਓ ਕਿੰਨੇ ਦਿਨ ਹੋ ਗਏ ਖਾਦੇ ਨੇ ਪੁੱਤ ਮੈਂ ਮੇਥੇ ਵਾਲੇ ਖਾ ਲਈ ਹੁਣ ਕਰ ਲੂੰ ਮੈਨੂੰ ਆਲੂ ਬਣਾ ਦਿਓ ਮੈਂ ਆਲੂਆਂ 'ਚ ਮੇਥੇ ਪਾ ਦੇ ਦੋ ਦੋ ਬਣਾ ਲਿਓ ਇੰਨਾ ਨਹੀਂ ਕਰ ਸਕਦੇ ਮੇਰੇ ਲਈ ਧੰਮ ਕੀ ਸਰਿਆਮ ਹੁਣ ਤਾਂ ਵੀਡੀਓ 'ਚ ਕਿਹਾ ਜੇ ਨਾ ਬਣਾਏ ਤਾਂ ਸਬਸਕ੍ਰਾਈਬਰ ਗੁੱਸੇ ਹੋ ਜਾਣਗੇ ਕਿੰਨਾ ਖਰਾਬ ਆ ਦੇਖ ਲਓ ਜੀ ਕੈਮਰੇ ਦਾ ਫਾਇਦਾ ਉਠਾਉਂਦਾ ਵੀ ਕੈਮਰਾ ਚੱਲ ਰਿਹਾ ਹੈ ਮੰਮਾ ਹੁਣ ਤਾਂ ਮੰਨਣਗੇ ਹੀ ਮੰਨਣਗੇ ਜਿੰਨੇ ਪਰੌਂਠੇ ਬਣਾਉਂਗੇ ਉਹਨੇ ਸਬਸਕ੍ਰਾਈਬਰ ਤੁਹਾਨੂੰ ਮੇਥੇ ਦੇ ਆਲੂ ਵਾਲੇ ਮਿਕਸ ਉਹਨੇ ਸਬਸਕ੍ਰਾਈਬਰ ਹਾਂ ਉਹਨੇ ਇੱਕ ਵੀਡੀਓ ਦੇ ਸਬਸਕ੍ਰਾਈਬਰ ਬਣਾਉਣ ਲੱਗ ਜਾਣਗੇ ਤੇ ਸਾਰੇ ਸਬਸਕ੍ਰਾਈਬ ਕਰਨਗੇ ਲਓ ਜੀ ਹੁਣ ਇਹਨੂੰ ਆਪਾਂ ਪਰੌਂਠੇ ਦੋ ਤਰ੍ਹਾਂ ਦੇ ਬਣਾ ਕੇ ਖਾਣੇ ਨੇ ਪਲੀਜ਼ ਹੁਣ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੇਰੇ ਹੁਣ ਜੁਮੀ ਦੀ ਗੱਲ ਮੰਨ ਲਈ ਆਪਾਂ ਦੇਖ ਉਹ ਕੈਮਰੇ ਦਾ ਫਾਇਦਾ ਉਠਾ ਰਿਹਾ ਹੁੰਦਾ ਮੇਰਾ ਇਹਨੂੰ ਵੀ ਟੰਗ ਆ ਗਿਆ ਹੈ ਜੀ ਵੀ ਦਾਦੀ ਤੋਂ ਪੁੱਛੋ ਮੇਥੇ ਆਲੂ ਪਾ ਕੇ ਆਲੂ ਮੇਥੇ ਦੀ ਭੁਰਜੀ ਬਣਾ ਲਾਂਗੇ ਸ਼ਾਮ ਨੂੰ ਸਬਜ਼ੀ ਥੋੜੀ ਜੀ ਹਨਾ ਇਦਾਂ ਹੀ ਕਰ ਲਾਂਗੇ ਫਿਰ ਚਾਰ ਮੇਥੇ ਵਾਲੇ ਬਣਾਉਂਗੀ ਚਾਰ ਆਲੂ ਵਾਲੇ ਫਿਰ ਮਜ਼ਾ ਨੀ ਆਉਣਾ ਹੈਗਾ ਬਣਾਉਣ ਦਾ ਹਲੇ ਮੈਂ ਆਟਾ ਗੁੰਦੀਆਂ ਨੇ ਆ ਜਾ ਤੇ ਆਟਾ ਤੂੰ ਗੁਰਦੁਆਰਾ ਸਾਹਿਬ ਚ ਆਇਆ ਹੁਣ ਹਨਾ ਭਲਾ ਮੈਨੂੰ ਵਿਹਲਾ ਤਾਂ ਕਰ ਵਿਹਲਾ ਹੋ ਜਾ ਬਸ ਤੂੰ ਮੈਂ ਆਟਾ ਗੁੰਦਦੀ ਆ ਬਹੁਤ ਲੱਗੇ ਹੋਏ ਨੇ ਜੂਵੀ ਕਹਿੰਦਾ ਹੁਣ ਮੰਮਾ ਤੋਂ ਮੈਂ ਫਿਰ ਨਿੰਬੂ ਨਾ ਔਰੇਂਜ ਜੂਸ ਜੂਸ ਕੱਢ ਕੇ ਬਣਾ ਕੇ ਦਿੱਤਾ ਨੀ ਤੁਸੀਂ ਫਿਰ ਅੱਜ ਤਾਂ ਹੁਣ ਮੈਂ ਹੋਣ ਆਈ ਆ ਹਜੇ ਪੁੱਤ ਕਿਹੜਾ ਟਾਈਮ ਸੀ ਹੁਣ ਆਟਾ ਗੁੰਨਣ ਨੂੰ ਆਟੇ ਨੂੰ ਰੈਸਟ ਮਿਲ ਜੂਗੀ ਜਾਂ ਨੂੰ ਕੋਈ ਨਾ ਕੱਲ ਨੂੰ ਬਣਾ ਦੂੰਗੀ ਹੁਣ ਕੱਲ ਨੂੰ ਸਾਰੀਆਂ ਡਿਮਾਂਡਾਂ ਤੇਰੀਆਂ ਪੂਰੀਆਂ ਕਰਨੀਆਂ ਆਲੂ ਵਾਲੇ ਪਰਾਂਠੇ ਫਿਰ ਔਰੇਂਜ ਜੂਸ ਤੇ ਕੁਛ ਹੋਰ ਵੀ ਦੱਸਦੀ ਹੁਣ ਕੀ ਖਾਣਾ ਕਰ ਸੈਂਡਵਿਚ ਹੈਗੀਆਂ ਸਬਜ਼ੀਆਂ ਉਹ ਪਰਸੋਂ ਨੂੰ ਬਣਾ ਲਾਂਗੀ ਕੱਲ ਨੂੰ ਭਾਈ ਤੋਂ ਲੈ ਕੇ ਕੱਲ ਨੂੰ ਸੰਡੇ ਹੈ ਉਹ ਤੂੰ ਨਾਸ਼ਤਾ ਤਾਂ ਕਿਹੜੇ ਵੇਲੇ ਕਰਨਾ ਖਾਣਾ 10 ਵਜੇ ਕਰ ਲੈ ਮੈਂ 10 ਵਜੇ ਕਰ ਉਸ ਤੋਂ ਬਾਅਦ ਸੈਂਡਵਿਚ ਪ੍ਰੋਬਲਮ ਹੈ ਵੀ ਭੁੱਖ ਲੱਗਣੀ ਸੈਂਡਵਿਚ ਕੋਈ ਨਾ ਸੈਂਡਵਿਚ ਪਰਸੋਂ ਨੂੰ ਬਣਾ ਲਾਂਗੀ ਗੁੰਨ ਲਿਆ ਤੇ ਇਹਨੂੰ ਛੱਡਤਾ ਮੈਂ ਰੈਸਟ ਲਈ ਮੈਂ ਕਿਹਾ ਵੀ ਹਜੇ ਥੋੜਾ ਜਿਹਾ 10 ਮਿੰਟ ਰੈਸਟ ਮਿਲ ਜਾਵੇ ਉਸ ਤੋਂ ਬਾਅਦ ਇਕੱਠਾ ਕਰਕੇ ਫਿਰ ਰੋਟੀ ਬਣਾਉਣ ਲੱਗਦੀ ਆ ਤੇ ਇੱਥੇ ਯੁਵਰਾਜ ਲੱਗਿਆ ਹਵਾ ਭਰਨ ਸਾਈਕਲ 'ਚ ਕਿੱਦਾਂ ਕਰਦਾ ਮੈਂ ਗੁਰਦੁਆਰੇ ਸਾਹਿਬ ਜਾਣਾ ਗੁਰਦੁਆਰੇ ਸਾਹਿਬ ਜਾਣਾ ਹਵਾ ਜਾ ਰਹੀ ਸੀ ਜਿੰਨਾ ਨਾ ਇਹਦੇ ਡੈਡੀ ਨੂੰ ਸ਼ੌਂਕ ਆ ਮਸ਼ੀਨਰੀ ਸਾਫ ਰੱਖਣ ਦਾ ਓਨਾ ਹੀ ਇਹਨੂੰ ਬਿਲਕੁਲ ਸ਼ੌਂਕ ਨਹੀਂ ਸ਼ੌਂਕ ਆਹ ਦੇਖੋ ਕਿੰਨੀ ਗੰਦੀ ਕਰੀ ਹੋਈ ਇਹਨੇ ਸਾਈਕਲ ਆਪਣੀ ਆਏ ਨੀ ਮੈਨੂੰ ਟਾਈਟ ਕਰਾ ਲਿਆ ਮਾ ਮਗਰਾਟ ਜਿਹਾ ਕਿਤੇ ਘੁੰਮਦਾ ਫਿਰਦਾ ਇਹਦਾ ਇਹਦੇ ਪਾਪਾ ਨੂੰ ਬਹੁਤ ਜ਼ਿਆਦਾ ਸ਼ੌਂਕ ਸੱਚ ਮੰਨਿਓ ਮੇਰੇ ਵਿਆਹ ਦਾ ਮੋਟਰਸਾਈਕਲ ਹੁਣ ਅਸੀਂ 15 ਸਾਲ ਬਾਅਦ ਚੇਂਜ ਕੀਤਾ ਸੀ ਉਹ ਜੇ ਤਾਂ ਉਹ ਜਾ ਪਿਆ ਸੀ ਤੇ ਜਿਹੜਾ ਹੁਣ ਲਿਆ ਹੋਇਆ ਉਹਨਾਂ ਨੇ ਹੁਣ ਵੀ ਮੈਂ ਕਹਿੰਦੀ ਕਾਫੀ ਸਾਲ ਹੋ ਗਏ ਹਨਾ ਇਹ ਤਾਂ ਲੀਰ ਵੀ ਨਹੀਂ ਫੇਰਦਾ ਧੋਣਾ ਤਾਂ ਬਹੁਤ ਦੂਰ ਦੀ ਗੱਲ ਰਹੇਗੀ ਇੱਕ ਵਾਰ ਮੀਂਹ ਚ ਖੜਾਤਾ ਸੀ ਬਸ ਉਹਦੇ ਧੋਤੀ ਆਹ ਦੇਖ ਲਓ ਬੈਗਰੂ ਨਹੀਂ ਧੋਤਾ ਸੀ ਰੱਬ ਨੇ ਇਹਦੇ ਪਾਣੀ ਨਾਲ ਹੋ ਗਿਆ ਚਲ ਮੈਂ ਜਿੱਦ ਉਦੋਂ ਨਾ ਸੋਚਿਆ ਹੀ ਨਹੀਂ ਇਹ ਗੱਲ ਪਰ ਪਤਾ
ਸਾਫ ਕਰਿਆ ਕਿ ਲੀਰ ਦੇਖ ਕਿੰਨਾ ਗੰਦਾ ਪਿਆ ਮੂਹਰੋਂ ਸਾਰਾ ਹੀ ਗੰਦਾ ਪਿਆ ਉਹਨੂੰ ਸਾਫ ਕਰ ਲਾ ਪਾਸਟ ਕਰ ਲਾ ਇਹਨਾਂ ਦਾ ਮੈਂ ਕੋਈ ਨਹੀਂ ਕਰਦੀ ਹੈਗੀ ਜਿਹਦਾ ਸਾਈਕਲ ਆ ਜਿਹਨੇ ਚਲਾਉਣਾ ਉਹੀ ਕਰੂਗਾ ਮੈਂ ਕਿਹੜਾ ਚਲਾਉਣਾ ਹੁਣ ਮੈਂ ਵੀ ਤੈਨੂੰ ਕੈਮਰੇ ਦੇ ਮੂਹਰੇ ਚੈਲੰਜ ਕਰਦੀ ਹੈ ਕੱਲ੍ਹ ਨੂੰ ਸਾਫ ਕਰੀ ਸੰਡੇ ਆ ਆਪਾਂ ਕੱਲ੍ਹ ਨੂੰ ਆਹ ਲਓ ਤੇਰਾ ਮੇਰਾ ਵੰਡਿਆ ਹੋਇਆ ਕੁਛ ਆਪਾਂ ਦੋਨਾਂ ਨੂੰ ਮਿਲਣੇ ਨੇ ਹੁਣ ਇਹੀ ਆਪਾਂ ਕੱਲ ਨੂੰ ਇਹਦਾ ਸਾਈਕਲ ਧਵਾਉਣਾ ਵੀਡੀਓ ਚ ਪ੍ਰੂਫ ਲੈਣਾ ਅਗਲੀ ਚ ਵੀ ਅਗਲੀ ਵੀਡੀਓ ਚ ਪ੍ਰੂਫ ਆਪਾਂ ਇਹ ਦੇਣਾ ਵੀ ਯੁਵਰਾਜ ਨੇ ਸੰਡੇ ਨੂੰ ਸਾਈਕਲ ਧੋਤਾ ਸੀ ਕਿ ਨਹੀਂ ਦੱਸਤਾ ਸੀ ਆਪਣਾ ਹਨਾ ਚਲੋ ਜੀ ਹੁਣ ਇਹ ਭਰ ਲਵੇ ਹਵਾ ਤੇ ਮੰਮੀ ਨੇ ਧਾਰਾਂ ਚੋਲੀਆਂ ਹੁਣ ਮੈਂ ਬਣਾਉਣ ਲੱਗਦੀ ਹਾਂ ਰੋਟੀ ਜੋਤ ਲਾ ਕੇ ਪਹਿਲਾਂ ਫਿਰ ਰੋਟੀ ਬਣਾਉਣ ਲੱਗਦੇ ਆ ਫੁਲਕੇ ਬਣਾ ਕੇ ਜੀ ਮੈਂ ਲੱਗ ਗਈ ਸੀਗੀ ਭਾਂਡੇ ਸਾਫ਼ ਕਰਨ ਮੈਂ ਕਿਹਾ ਪਹਿਲਾਂ ਭਾਂਡੇ ਸਾਫ਼ ਕਰ ਦੇ ਫਿਰ ਚੱਲ ਰੋਟੀ ਖਾਂਦੇ ਆ ਜੂਵੀਰ ਮੈਂ ਕਿਹਾ ਬਹਿ ਜਾ ਇੰਨੇ ਤੂੰ ਅਤੇ ਅੱਜ ਨਾ ਆਪਣੇ ਇੱਕ ਸਬਸਕ੍ਰਾਈਬਰ ਨੇ ਜੀ ਲਖਵਿੰਦਰ ਦੀਦੀ ਜੀ ਅਤੇ ਉਹਨਾਂ ਦੇ ਬੇਟੇ ਦਾ ਅੱਜ ਹੈਗਾ ਜੀ ਬਰਥਡੇ ਉਹਨਾਂ ਦੇ ਬੇਟੇ ਦਾ ਨਾਮ ਹੈਗਾ ਜੀ ਰਤਿੰਦਰ ਸਿੰਘ ਹੈਪੀ ਬਰਥਡੇ ਰਤਿੰਦਰ ਬੇਟਾ ਜੀ ਗੋਡ ਬਲੈਸ ਯੂ ਪਰਮਾਤਮਾ ਜੀ ਤੁਹਾਨੂੰ ਹਰ ਇੱਕ ਖੁਸ਼ੀ ਦੇਵੇ ਚੜ੍ਹਦੀ ਕਲਾ ਬਖਸ਼ੇ ਜੀ ਤੁਸੀਂ ਬਹੁਤ ਬਹੁਤ ਤਰੱਕੀਆਂ ਮਾਣੋ ਜੀ ਅਤੇ ਅੱਜ ਦਾ ਦਿਨ ਤੁਹਾਡਾ ਬਹੁਤ ਬਹੁਤ ਵਧੀਆ ਗੁਜ਼ਰੇ ਜੀ ਇਹ ਕੈਨੇਡਾ ਰਹਿੰਦੇ ਨੇ ਜੀ ਬੱਚਾ ਇਹਨਾਂ ਦਾ ਮੰਮੀ ਤੁਸੀਂ ਰੋਟੀ ਖਾ ਲਈ ਲਓ ਜੀ ਇੱਥੇ ਅਸੀਂ ਖਾਣ ਲੱਗੇ ਹਾਂ ਰੋਟੀ ਯੂਵੀ ਦੇ ਪਾਪਾ ਹਜੇ ਆਏ ਨਹੀਂ ਅਸੀਂ ਉਹਨਾਂ ਨੂੰ ਫੋਨ ਕੀਤਾ ਸੀ ਉਹ ਕਹਿੰਦੇ ਮੈਂ ਹੋ ਜੂੰਗਾ ਥੋੜ੍ਹਾ ਜਿਹਾ ਲੇਟ 5-7 ਮਿੰਟ ਵੀ ਤੁਸੀਂ ਆਪਣੀ ਖਾਓ ਵੇਟ ਨਾ ਕਰੋ ਕਹਿੰਦੇ ਜਦ ਤੁਹਾਡੀ ਰੋਟੀ ਖਾਧੀ ਜਾਣੀ ਹੈ ਜਾਨੂੰ ਮੈਂ ਆਉਣਾ ਹੈ ਠੀਕ ਹੈ ਮੂੰਗੀ ਮਸਰੀ ਦਾਲ ਤੁਹਾਨੂੰ ਦੱਸਿਆ ਸੀ ਮੈਂ ਮਾਰਨਿੰਗ 'ਚ ਬਣਾ ਕੇ ਗਈ ਸੀ ਉਹ ਅੰਬ ਦਾ ਅਚਾਰ ਲਿਆ ਯੂਵੀ ਨੇ ਅਤੇ ਪਿਆਜ਼ ਪਿਆਜ਼ ਦੇਖੋ ਯੂਵੀ ਨੇ ਕੀ ਇੱਕ ਪੱਤ ਕਿਵੇਂ ਫੋਲ ਕੇ ਬਣਾ ਕੇ ਖਾਣ ਲੱਗੇ ਟਾਈਮ ਲੱਗਦਾ ਜਦੋਂ ਨਹੀਂ ਖੋਲਣਾ ਹੈਗਾ ਬਈ ਟਾਈਮ ਲੱਗਦਾ ਜੀ ਨਾਲ ਪਹਿਲਾਂ ਹੀ ਖੋਲਿਆ ਖੋਲ ਕੇ ਰੱਖ ਲਿਆ ਹਾਂ ਕੋਲ ਰੱਖ ਲਿਆ ਆਪਾਂ ਨਮਕ ਕੰਮ ਕਾਰ ਸਾਰੇ ਖਤਮ ਕਰ ਲਏ ਤਾਂ ਠੰਡ ਬਹੁਤ ਜ਼ਿਆਦਾ ਅੱਜ ਸ਼ੋਪਿੰਗ ਮੈਂ ਖੋਲੀ ਨਹੀਂ ਹਜੇ ਤੱਕ ਜੀ ਉਹ ਤੁਹਾਨੂੰ ਅਗਲੀ ਨੈਕਸਟ ਵੀਡੀਓ 'ਚ ਦਿਖਾਉਂਗੀ ਕਿਉਂਕਿ ਮੰਮੀ ਨੂੰ ਵੀ ਨਹੀਂ ਦਿਖਾਈ ਹਜੇ ਤੱਕ ਮੈਂ ਮੰਮੀ ਨੇ ਵੀ ਨਹੀਂ ਦੇਖੀ ਅੱਜ ਸ਼ੋਪਿੰਗ ਦੇਖਣੀ ਉਹ ਭੁੱਲੀ ਫਿਰਦੀ ਹੈ ਮੇਰੀ ਅਸੀਂ ਕੰਮ 'ਚ ਇੰਨੇ ਬਿਜ਼ੀ ਸੀਗੀ ਕਿਉਂਕਿ ਮੈਂ ਕਿਹਾ ਲੇਟ ਹੋ ਗਈ ਤਾਂ ਕਰਕੇ ਹੋ ਗਿਆ ਅਤੇ ਇੱਕ ਭੈਣ ਦਾ ਮੇਰੇ ਦਾ ਮੈਸੇਜ ਆਇਆ ਸੀ ਜੀ ਵੀਡੀਓ 'ਤੇ ਅੱਜ ਸਵੇਰੇ ਮੋਰਨਿੰਗ ਕੱਲ੍ਹ ਦੀ ਵੀਡੀਓ 'ਤੇ ਉਹਨਾਂ ਦੀ ਬੇਟੀ ਦਾ ਅੱਜ ਸੀਗਾ ਬਰਥਡੇ ਜੀ ਹੈ ਨਾ ਪਰ ਉਹਨਾਂ ਨੇ ਮੈਸੇਜ ਮੈਨੂੰ ਕੀਤਾ ਸਵੇਰੇ ਟਾਈਮ ਕਿਉਂਕਿ ਮੈਂ ਦੇਖੋ ਜੀ ਵੀਡੀਓ ਐਡੀਟਿੰਗ ਵਗੈਰਾ ਕਰ ਲੈਂਦੀ ਹੁੰਦੀ ਰਾਤ ਨੂੰ ਸੌਣ ਲੱਗੀ ਪਲੀਜ਼ ਜੇ ਅੱਗੇ ਤੋਂ ਨਾ ਕਿਸੇ ਨੇ ਵੀ ਆਪਣੇ ਬੱਚੇ ਦਾ ਜਨਮ ਦਿਨ ਜਾਂ ਐਨੀਵਰਸਰੀ ਵਗੈਰਾ ਵਿਸ਼ ਕਰਨ ਨੂੰ ਕਹਿਣਾ ਹੁੰਦਾ ਤਾਂ ਇੱਕ ਦਿਨ ਪਹਿਲਾਂ ਹੀ ਮੈਨੂੰ ਰਾਤ ਨੂੰ ਇਹ ਕਰ ਦਿਆ ਕਰੋ ਪਲੀਜ਼ ਕਿਉਂਕਿ ਦੇਖੋ ਜੀ ਰਾਤ ਨੂੰ ਮੈਂ 9 ਵਜੇ ਤੱਕ ਐਡੀਟਿੰਗ ਵਗੈਰਾ ਕਰ ਲੈਂਦੀ ਹੁੰਦੀ ਹਾਂ ਵੋਇਸ ਓਵਰ ਹੈ ਨਾ ਵੀ ਸਵੇਰੇ ਤਾਂ ਫਿਰ ਮੈਨੂੰ ਇਹ ਹੁੰਦਾ ਅਪਲੋਡਿੰਗ 'ਤੇ ਲਾਉਣੀ ਆ ਤੁਹਾਨੂੰ ਪਤਾ ਜੀ ਮੇਰੇ ਵਾਈਫਾਈ ਨਹੀਂ ਲੱਗਿਆ ਹੋਇਆ ਘਰ ਆਪਣੇ ਮੈਂ ਨੈੱਟ 'ਤੇ ਹੀ ਕਰਦੀ ਹਾਂ ਅਤੇ ਉਹਦੇ 'ਤੇ ਫਿਰ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਸਵੇਰੇ 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 ਹੋਰ ਵੀ ਘਰ ਦੇ ਕੰਮ ਕਾਰ ਹੁੰਦੇ ਨੇ ਹੈ ਨਾ ਵੀ ਇਸ ਕਰਕੇ ਜੀ ਮੈਨੂੰ ਬਹੁਤ ਫਿਰ ਬੁਰਾ ਜਿਹਾ ਫੀਲ ਲੱਗਿਆ ਹੈ ਨਾ ਵੀ ਮੇਰੇ ਤੋਂ ਬੋਲ ਨਹੀਂ ਹੋਇਆ ਹੈਗਾ ਉਹਨਾਂ ਨੂੰ ਇੰਨੀ ਉਮੀਦ ਹੋਊਗੀ ਪਰ ਚਲੋ ਅੱਜ 9 ਤਰੀਕ ਆ ਜੀ ਬਰਥਡੇ ਉਹਨਾਂ ਦਾ ਅੱਜ ਹੀ ਆ ਪਰ ਮਿਲੂ ਤੁਹਾਨੂੰ ਕਰ ਲੂੰ ਪਰ ਸੌਰੀ ਜੀ ਹੈ ਨਾ ਉਹਨਾਂ ਦੀ ਹਰਮਨ ਸਿੰਘ ਦੀ ਆਈ ਡੀ ਤੋਂ ਮੈਸੇਜ ਆਇਆ ਸੀ ਦੀਦੀ ਦਾ ਉਹਨਾਂ ਦੀ ਬੇਟੀ ਦਾ ਨਾਮ ਹੈਗਾ ਜੀ ਰਵਲੀਨ ਕੌਰ ਹੈਪੀ ਬਰਥਡੇ ਬੇਟਾ ਜੀ ਗੋਡ ਬਲੈਸ ਯੂ ਪਰਮਾਤਮਾ ਜੀ ਤੁਹਾਨੂੰ ਹਰ ਇੱਕ ਖੁਸ਼ੀ ਦੇਵੇ ਹਮੇਸ਼ਾ ਤੁਸੀਂ ਆਪਣੀ ਜ਼ਿੰਦਗੀ 'ਚ ਖੁਸ਼ੀ ਰਹੋ ਅਤੇ ਤਰੱਕੀਆਂ ਬਖਸ਼ੋ ਜੀ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਮਿਲਣ ਜੀ ਸੌਰੀ ਜੀ ਇੱਕ ਵਾਰ ਫਿਰ ਤੋਂ ਹੈ ਨਾ ਮੈਂ ਤੁਹਾਨੂੰ ਪਰ ਮੈਂ ਆਪਣੇ ਹਿਸਾਬ ਨਾਲ ਠੀਕ ਹਾਂ ਮੈਂ 9 ਤਰੀਕ ਨੂੰ ਹੀ ਵਿਸ਼ ਕੀਤੀ ਆ ਤੁਹਾਨੂੰ ਪਰ ਤੁਹਾਨੂੰ 10 ਤਰੀਕ ਨੂੰ ਮਿਲੂਗੀ ਜੀ ਹੈ ਨਾ ਅਤੇ ਇੱਕ ਦੀਦੀ ਨੇ ਜੀ ਕੁਲਦੀਪ ਕੌਰ ਉਹਨਾਂ ਦੀ ਅੱਜ ਸੀਗੀ ਜੀ 9 ਤਰੀਕ ਨੂੰ ਐਨਵਰਸਰੀ ਵੀਰ ਜੀ ਦਾ ਨਾਮ ਮੈਨੂੰ ਨਹੀਂ ਪਤਾ ਦੀਦੀ ਦਾ ਹੀ ਪਤਾ ਕੁਲਦੀਪ ਕੌਰ ਹੈਪੀ ਐਨਵਰਸਰੀ ਬੋਥ ਆਫ ਯੂ ਗੋਡ ਬਲੈਸ ਯੂ ਪਰਮਾਤਮਾ ਜੀ ਤੁਹਾਡੀ ਜੋੜੀ ਹਮੇਸ਼ਾ ਬਣਾਈ ਰੱਖੇ ਤੁਸੀਂ ਹਮੇਸ਼ਾ ਖੁਸ਼ ਰਹੋ ਇੱਦਾਂ ਹੀ ਹੱਸਦੇ ਖੇਡਦੇ ਰਹੋ ਆਪਣੇ ਦੋਨੇ ਟੱਬਰ 'ਚ ਫੈਮਿਲੀ 'ਚ ਜ਼ਿਆਦਾ ਹੀ ਦੇਸੀ ਭਾਸ਼ਾ ਹੋ ਗਈ ਸੀਗੀ ਟੱਬਰ 'ਚ ਤੂੰ ਰੋਟੀ ਖਾਣ ਲੱਗ ਪੁੱਤਰ ਮੈਂ ਕਿਹਾ ਚਲੋ ਮੈਂ ਵਿਸ਼ ਕਰ ਦੇਵਾਂ ਹੈ ਨਾ ਤੁਹਾਨੂੰ ਅਤੇ ਹੁਣ ਅਸੀਂ ਖਾਣ ਲੱਗਦੇ ਹਾਂ ਰੋਟੀ ਜੀ ਅਤੇ ਨਾਲ ਅਸੀਂ ਦੇਖਦੇ ਹਾਂ ਫਿਲਮ ਕੈਰੀ ਔਨ ਜੱਟਾ 3 ਇਹ ਸਾਡੀ ਕਈ ਦਿਨ ਦੀ ਸ਼ੁਰੂ ਕੀਤੀ ਹੋਈ ਹੈ ਜੀ ਅਸੀਂ ਨਾ ਫੋਨ ਤੋਂ ਦੇਖ ਕੇ ਫੋਨ ਨਾਲ ਸੌਰੀ LED ਨੂੰ ਫੋਨ ਨਾਲ ਅਟੈਚ ਕਰਕੇ ਨਾ ਉੱਦਾਂ ਦੇਖ ਲੈਂਦੇ ਹੁੰਦੇ ਹਾਂ ਅੱਧਾ ਅੱਧਾ ਘੰਟਾ ਜੀ ਰੋਜ਼ ਜਿਵੇਂ ਰੋਟੀ ਖਾਣ ਲੱਗੇ ਦੇਖ ਲੈਂਦੇ 90 ਘੰਟੇ ਜਿਵੇਂ ਕੱਲ੍ਹ ਦੇਖ ਲਈ ਪਰਸੋਂ ਦੇਖ ਲਈ ਇੱਦਾਂ ਦੋ ਦੇਖ ਲੈਂਦੇ ਹੁੰਦੇ ਹਾਂ ਰੋਜ਼ ਰੋਜ਼ ਟਾਈਮ ਜਿਹਾ ਵਧੀਆ ਲੰਘ ਜਾਂਦਾ ਕੇਵਲ ਕਿਉਂਕਿ ਹੁਣ ਆਪਣੇ ਚੱਲਦੀ ਨਹੀਂ ਹੈਗੀ ਜੀ ਬੰਦ ਆ ਅੱਜ ਜੂ ਵੀ ਕਹਿੰਦਾ ਮੇਰੇ ਬਾਅਦ ਵਿੱਚ ਭਾਈ ਆਇਆ ਸੀ ਹੈ ਕੀ ਕਹਿ ਰਿਹਾ ਸੀਗਾ ਵੀ ਚਲਾਉਣੀ ਹੈ ਦੇਖੋ 10 ਦਿਨ ਚੱਲਦੀ ਹੈ 20 ਦਿਨ ਚੱਲਦੀ ਨਹੀਂ ਮਹੀਨੇ 'ਚ ਫਿਰ ਕੀ ਫਾਇਦਾ ਹੈ ਹੁਣ ਕਹਿੰਦੇ ਤਾਂ ਹੈਗੇ ਵੀ ਤਾਰਾਂ ਨਵੀਆਂ ਪਾਵਾਂਗੇ ਪਤਾ ਨਹੀਂ ਜੀ ਕਈ ਵਾਰ ਕਹਿ ਕੇ ਹੀ ਸਾਰ ਦਿੰਦੇ ਲੱਗੇ ਵੀ 2-3 ਵਾਰ ਕਿਹਾ ਸੀ ਮੈਂ ਤਾਂ ਹੁਣ ਇਹਨਾਂ ਨੂੰ ਕਹਿ ਦੇਣਾ ਵੀ ਲਾ ਕੇ ਲੈ ਜਾਓ ਜਿਹੜੀ ਤਾਰ ਤੁਸੀਂ ਆਪਾਂ ਨਵੇਂ ਸਾਲ 'ਚ
ਮੂਰੇ ਦੇਖਦੇ ਆ ਵੀ ਵਾਈਫਾਈ ਲਵਾ ਲੈਣਾ, ਫਿਰ ਉਹ ਫੋਨ ਤੇ ਕਨੈਕਟ ਕਰਕੇ ਜਿਵੇਂ ਮਰਜ਼ੀ ਦੇਖੀ ਜਾ, ਫਾਇਦਾ ਹੀ ਨਹੀਂ ਹੈਗਾ ਫਿਰ ਲਵਾਉਣ ਦਾ ਕੀ ਫਾਇਦਾ ਹੈ ਨਾ। ਨਮਕ ਘੱਟ ਵੈਸੇ ਤਾਂ ਕਹਿੰਦੇ ਨੇ ਕੱਚਾ ਲੂਣ ਪਾਉਣਾ ਨਹੀਂ ਚਾਹੀਦਾ ਜੀ ਸਬਜ਼ੀ 'ਚ, ਪਰ ਮੈਨੂੰ ਜ਼ਿਆਦਾ ਘੱਟ ਲੱਗਦਾ ਥੋੜ੍ਹਾ ਜਿਹਾ ਪਾ ਦੇ ਆ। ਚਲੋ ਜੀ ਹੁਣ ਅਸੀਂ ਖਾ ਲਈਏ ਖਾਣਾ ਅਤੇ ਵੀਡੀਓ ਦਾ ਜੀ ਕਰਦੇ ਆਪਾਂ ਐਂਡ। ਵੀਡੀਓ ਤੁਹਾਨੂੰ ਥੋੜ੍ਹੀ ਜਿਹੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ, ਮੂੰਹ 'ਤੇ ਬੁਰਕੀ ਵੀ ਨਗਾਰੀ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ, ਲਾਈਕ ਕਰਿਆ ਕਰੋ, ਵੀਡੀਓ ਨੂੰ ਫੁੱਲ ਵਾਚ ਦੇਖਿਆ ਕਰੋ। ਮਿਲਦੇ ਹਾਂ ਜੀ ਤੁਹਾਨੂੰ ਵੀਡੀਓ 'ਚ। ਓਕੇ ਜੀ, ਬਾਏ ਬਾਏ, ਟੇਕ ਕੇਅਰ, ਬਾਏ ਕਰ ਦਿਓ।